ये भाखड़ा जरा डैम बिल्कुल कंट्रोल च है और कोई खतरे वाली गल नहीं। जड़े अपने हल्के दे अंदर हड़ प्रभावित लोग अज वो घड़ी का संताप भोग रहे हैं जिन्हां ने एक मुख्यमंत्री साहब के बेतुके बयान के उत्ते विश्वास किया। सो अज वो लोग अपनिया ते अपने बच्चों दी जाना जोखम दे विच बैठ के उस गल का हरजाना भुगत रहे हैं। विश्वास किया कि मुख्यमंत्री का जिहड़ी स्टेटमेंट है उन्हूं देखते हुए लोगों ने अपना पिंडां दे विचों समान चक के खाली करना नहीं वाजिब समझा, विश्वास के उत्ते रहे। तो अज वो पानी एकदम जिहड़ा इन्हां दी सीधी सीधी दखलअंदाजी सी मुख्यमंत्री साहब की ते मंत्री साहब की मैनेजमेंट के नाल तो इन्होंने पानी कंट्रोल करा के अज एकदम फ्लड छड़ दिता। वो फ्लड इस करके छड़वाया सी, पानी इस करके कंट्रोल कराया सी कि असी हड़ ते बाद आके पजामा मोढ़े ते छटांग के फोटो शूट कराते फिरांगे। इन्होंने अपना फोटो शूट करवाण के चक्कर दे विच लोकां दी जानां जोखम च पा दित्तियां। कि मंत्री साहब तुसीं कहिंदे हुंदे सी कि सरकार की इजाजत तो बिना एक भी जड़ी पत्थर तक नहीं दरिया दे विचों निकल सकदा। अज हज़ारा ही टिप्पर हज़ारा ही ट्रक जिहड़े खेड़ा भंगला कलमोट अगंपर सेंसोवाल सवाड़ा इन्हां पिंडां दे विचों हज़ारे ट्रक जिहड़े निकल रहे आ वो किहदी शह दे उत्तों निकल रहे आ, क्यों अज अखां मीचियां होईआं। मेरे को इकली इकली पर्ची है जी, आ मैं तुहानू कहूँगा भी आ दिखाओ एक एक पर्ची का सबूत है। मैं ये गल कहूँगा थोड़े चैनल के जरिए कि आम आदमी पार्टी जदों की होंद के आई है दूजिया पार्टियां रंगा दियाँ होलियां खेलती सी पर आम आदमी पार्टी खून की होली खेलना पसंद करती है। ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਧ ਸਿੰਘ ਰਾਣਾ। ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੰਚਾਰਜ ਨਿਤਨ ਨੰਦਾ ਜੀ ਹਾਜ਼ਰ ਨੇ। ਇਹਨਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਗੰਭੀਰ ਜਿਹੜੇ ਇਲਜ਼ਾਮ ਹੈ ਇਹਨਾਂ ਵੱਲੋਂ ਹਲਕੇ ਦੇ ਵਿਧਾਇਕ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਲਗਾਏ ਗਏ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਹੈ ਇਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਤੇ ਅਤੇ ਪੰਜਾਬ ਸਰਕਾਰ ਤੇ ਜਿਹੜੇ ਲਾਏ ਗਏ ਆ। ਖਾਸ ਕਰਕੇ ਹੜ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਤੇ ਇਹਨਾਂ ਨੇ ਤੰਜ ਕਸੇ ਆ। ਨੰਦਾ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਤੁਸੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਕਈ ਤਰ੍ਹਾਂ ਦੇ ਜਿਹੜੇ ਆਰੋਪ ਲਾਏ ਆ, ਕੀ ਲੱਗਦਾ ਤੁਹਾਨੂੰ ਤੁਸੀਂ ਗੱਡੀ ਦੀ ਇੱਕ ਜ਼ਿਕਰ ਕੀਤਾ, ਇਸ ਤੋਂ ਇਲਾਵਾ ਤੁਸੀਂ ਮਾਈਨਿੰਗ ਦਾ ਜ਼ਿਕਰ ਕੀਤਾ ਹੈ ਅਤੇ ਕੀ ਹੈਗਾ ਪੂਰਾ ਮਾਮਲਾ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਹਲਕੇ ਦੇ ਅੰਦਰ ਹੜ੍ਹ ਪ੍ਰਭਾਵਿਤ ਲੋਕ ਅੱਜ ਉਹ ਘੜੀ ਦਾ ਸੰਤਾਪ ਭੋਗ ਰਹੇ ਆ ਜਿਨ੍ਹਾਂ ਨੇ ਇੱਕ ਮੁੱਖ ਮੰਤਰੀ ਸਾਹਿਬ ਦੇ ਬੇਤੁਕੇ ਬਿਆਨ ਦੇ ਉੱਤੇ ਵਿਸ਼ਵਾਸ ਕੀਤਾ। ਸੋ ਅੱਜ ਉਹ ਲੋਕ ਆਪਣੀਆਂ ਅਤੇ ਆਪਣੇ ਬੱਚਿਆਂ ਦੀਆਂ ਜਾਨਾਂ ਜੋਖਮ ਦੇ ਵਿੱਚ ਬੈਠ ਕੇ ਉਸ ਗੱਲ ਦਾ ਹਰਜਾਨਾ ਭੁਗਤ ਰਹੇ ਆ। ਕਿਉਂਕਿ ਪਿਛਲੇ ਦਿਨ ਹੀ ਮੁੱਖ ਮੰਤਰੀ ਸਾਹਿਬ ਨੇ ਅਨੰਦਪੁਰ ਸਾਹਿਬ ਨੰਗਲ ਦਾ ਦੌਰਾ ਕਰਕੇ ਭਾਖੜਾ ਡੈਮ ਤੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਭਾਖੜਾ ਡੈਮ ਦੀ ਜਿਹੜੀ ਸਥਿਤੀ ਹੈ ਕੰਟਰੋਲ ਦੇ ਵਿੱਚ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਉਹ ਸਥਿਤੀ ਨੂੰ ਦੇਖਦੇ ਹੋਏ ਉਹ ਪ੍ਰੈਸ ਉਹਨਾਂ ਦੇ ਬਿਆਨ ਨੂੰ ਦੇਖਦੇ ਹੋਏ ਲੋਕਾਂ ਨੇ ਆਪਣਾ ਜਿਹੜਾ ਸਮਾਨ ਸੀ ਵਿਸ਼ਵਾਸ ਕੀਤਾ ਕਿ ਮੁੱਖ ਮੰਤਰੀ ਦਾ ਜਿਹੜੀ ਸਟੇਟਮੈਂਟ ਹੈ ਉਹਨੂੰ ਦੇਖਦੇ ਹੋਏ ਲੋਕਾਂ ਨੇ ਆਪਣਾ ਪਿੰਡਾਂ ਦੇ ਵਿੱਚੋਂ ਸਮਾਨ ਚੱਕ ਕੇ ਖਾਲੀ ਕਰਨਾ ਨਹੀਂ ਵਾਜਬ ਸਮਝਿਆ, ਵਿਸ਼ਵਾਸ ਦੇ ਉੱਤੇ ਰਿਹਾ। ਤੋ ਅੱਜ ਉਹ ਪਾਣੀ ਇੱਕਦਮ ਜਿਹੜਾ ਇਹਨਾਂ ਦੀ ਸਿੱਧੀ ਸਿੱਧੀ ਦਖਲਅੰਦਾਜੀ ਸੀ ਮੁੱਖ ਮੰਤਰੀ ਸਾਹਿਬ ਦੀ ਅਤੇ ਮੰਤਰੀ ਸਾਹਿਬ ਦੀ ਮੈਨੇਜਮੈਂਟ ਦੇ ਨਾਲ, ਸੋ ਇਹਨਾਂ ਨੇ ਪਾਣੀ ਕੰਟਰੋਲ ਕਰਾ ਕੇ ਅੱਜ ਇੱਕਦਮ ਫਲੱਡ ਛੱਡ ਦਿੱਤਾ। ਉਹ ਫਲੱਡ ਇਸ ਕਰਕੇ ਛੜਵਾਇਆ ਸੀ, ਪਾਣੀ ਇਸ ਕਰਕੇ ਕੰਟਰੋਲ ਕਰਾਇਆ ਸੀ ਕਿ ਅਸੀਂ ਹੜ੍ਹ ਤੋਂ ਬਾਅਦ ਆ ਕੇ ਪਜਾਮਾ ਮੋਢੇ 'ਤੇ ਛਟੰਗ ਕੇ ਫੋਟੋ ਸ਼ੂਟ ਕਰਾਉਂਦੇ ਫਿਰਾਂਗੇ। ਇਹਨਾਂ ਨੇ ਆਪਣਾ ਫੋਟੋ ਸ਼ੂਟ ਕਰਵਾਉਣ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜਾਨਾਂ ਜੋਖਮ 'ਚ ਪਾ ਦਿੱਤੀਆਂ। ਸੋ ਜਿਸ ਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਪੰਜਾਬ ਸਰਕਾਰ ਦੀ ਹੈ, ਜੇ ਮੈਨੇਜਮੈਂਟ ਆਪਣੇ ਹਿਸਾਬ ਨਾਲ ਪਾਣੀ ਛੱਡ ਰਹੀ ਸੀ, ਛੱਡੀ ਜਾ ਰਹੀ, ਤਾਂ ਅੱਜ ਇਹ ਸਥਿਤੀ ਜਿਹੜੀ ਆ ਮੈਂ ਸਮਝਦਾ ਵੀ ਨਾ ਬਣਦੀ। ਇਸ ਤੋਂ ਇਲਾਵਾ ਤੁਸੀਂ ਮਾਈਨਿੰਗ ਦੀ ਗੱਲ ਕੀਤੀ ਆ, ਮਾਈਨਿੰਗ ਦੀ ਕਾਫੀ ਤੁਸੀਂ ਜਿਹੜੇ ਆਰ ਟੀ ਆਈ ਤੁਸੀਂ ਕਹਿ ਲਈ ਹੈ ਉਹਦੇ 'ਚ ਕਾਫੀ ਖੁਲਾਸੇ ਹੋਏ ਆ, ਕੀ ਆ ਪੂਰਾ ਮਾਮਲਾ ਅਜੇ ਆਰ ਟੀ ਆਈ ਦੀ ਗੱਲ ਕਰੀਏ? ਦੇਖੋ ਆਰ ਟੀ ਆਈ ਦੇ ਵਿੱਚ ਮੈਂ ਇੱਕ ਆਰ ਟੀ ਆਈ ਪਾਈ ਸੀ, ਉਸ ਦੇ ਵਿੱਚ ਜਿਹੜੀਆਂ ਆਪਣੇ ਹਲਕਾ ਔਰ ਆਪਣੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਅੰਦਰ ਕਿੰਨੀਆਂ ਮਾਈਨਿੰਗ ਖੱਡਾਂ ਜਿਹੜੀਆਂ ਲੀਗਲ ਚੱਲ ਰਹੀਆਂ ਉਹਦੀ ਆਰ ਟੀ ਆਈ ਪਾਈ ਸੀ। ਤੋ ਆਰ ਟੀ ਆਈ ਦੇ ਵਿੱਚ ਜਵਾਬ ਆਇਆ ਕਿ ਸਾਲ 2022 ਤੋਂ ਲੈ ਕੇ ਅਪ੍ਰੈਲ 2023 ਤੱਕ ਕੋਈ ਵੀ ਖੱਡ ਜਿਹੜੀ ਉਪ ਮੰਡਲ ਦਫ਼ਤਰ ਅਧੀਨ ਨਹੀਂ ਚੱਲਦੀ ਹੈ, ਇਸ ਦਾ ਵੇਰਵਾ ਨਹੀਂ ਦਿੱਤਾ ਜਾ ਸਕਦਾ।
अगे उन्होंने लिखा कोई भी लीगल खड्ड 22 तो महीना अप्रैल 2023 तक नहीं चली, इसका भी रिकॉर्ड उपलब्ध नहीं है। ये कितों कितने केड़े हलके कितों की गल कर रहे हो तुसीं? रोपड़, रोपड़ डिस्ट्रिक्ट जिहड़ा हैगा, जिहड़ा कार्यकारी इंजीनियर माइनिंग तो असीं जिहड़ी है जानकारी प्राप्त की है रोपड़ तो। सो ये रोपड़ हल्के दे अंदर रोपड़ जिले दे विच कोई भी खड्ड लीगल नहीं चलती। पर मैं मंत्री साहब नूं पुछना चाहुंदा कि मंत्री साहब तुसीं कहिंदे हुंदे सी कि सरकार की इजाजत तो बिना एक भी जड़ी पत्थर तक नहीं दरिया दे विचों निकल सकता। अज हज़ारां ही टिप्पर, हज़ारां ही ट्रक जिहड़े खेड़ा, भंगलां, कलमोट, अगंपर, सेंसोवाल, सवाड़ा, इन्हां पिंडां दे विचों हज़ारे ट्रक जिहड़े निकल रहे आ, उह किहदी शह दे उत्तों निकल रहे आ? क्यों अज अखां मिचियां होईआं ने? लगदा नहीं नंदा जी पिछे लोकां ने इत्थे धरना वगैरह भी दित्ता सी, अपना जिहड़ा भलाण वगैरह इधर एरिया हैगा ਉੱਥੇ ਧਰਨੇ ਦਿੱਤੇ ਸੀ ਪਰ ਮੰਤਰੀ RTI ਦਾ ਜੋ ਇਹ ਜਵਾਬ ਆ ਰਿਹਾ ਜੇ ਤੁਹਾਡੇ ਦੱਸਣ ਮੁਤਾਬਕ ਇਹ ਖੱਡਾਂ ਚੱਲਦੀਆਂ ਨਹੀਂ ਸੀ? ਬਿਲਕੁਲ ਜੀ, ਇਹ RTI ਦਾ ਜਵਾਬ ਹੈ, ਸਰਕਾਰੀ ਡਾਕੂਮੈਂਟ ਹੈ। ਮੈਂ ਕਹਿੰਦਾ ਕਿਤੇ ਵੀ ਚੈਲੰਜ ਕਰ ਲਓ ਇਸ ਚੀਜ਼ ਨੂੰ, ਪਰ ਲੇਕਿਨ ਉਸ ਧਰਨੇ ਦਾ, ਉਸ ਖਮਿਆਜ਼ਾ ਜਿਹੜਾ ਤੁਸੀਂ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਸਾਡੇ ਹਲਕੇ ਦੇ ਵਿਸ਼ਾਲ ਸੈਣੀ ਦੇ ਉੱਤੇ, ਉਹ ਨਜਾਇਜ਼ ਪਰਚਾ ਲੜਾਈ ਘੜਾਈ ਦਾ ਕਰਕੇ ਉਹ ਪਾ ਦਿੱਤਾ। ਜਦੋਂ ਅਸੀਂ ਇਹ ਖੁਲਾਸੇ ਕੀਤੇ ਸੀ कि जाली पर्चियां जिहड़ियां मार्केट दे विच माइनिंग डिपार्टमेंट वालों, जां मैं कहूँगा आम आदमी पार्टी दे वर्करां वालों जिहड़ियां बेचियां जा रही, सो उन्हां नूं ओह जानकारी देण तों बाद साडे ते नजायज़ पर्चा हो गया। ਤੁਸੀਂ ਪਰਚੀਆਂ ਦੀ ਗੱਲ ਕੀਤੀ ਹੈ, ਪਰਚੀਆਂ ਤੁਹਾਡੇ ਕੋਲ ਸਬੂਤ ਹੈ ਕੋਈ ਕਿ ਹਵਾ ਜੀ? ਮੇਰੇ ਕੋਲ ਇਕੱਲੀ ਇਕੱਲੀ ਪਰਚੀ ਹੈ ਜੀ, ਆਹ ਮੈਂ ਤੁਹਾਨੂੰ ਕਹੂੰਗਾ ਵੀ ਆਹ ਦਿਖਾਓ, ਇੱਕ ਇੱਕ ਪਰਚੀ ਦਾ ਸਬੂਤ ਹੈ। ਸੀਰੀਅਲ ਨੰਬਰ 3834, ਟਿੱਪਰ ਨੰਬਰ PB 65 T 53 63 53, ਸੀਰੀਅਲ ਨੰਬਰ 3834, ਗੱਡੀ ਨੰਬਰ PB 65 AZ 5601, ਸੀਰੀਅਲ ਨੰਬਰ 3834, ਗੱਡੀ ਨੰਬਰ PB 22 27 06। ਫਿਰ ਰਿਪੀਟ ਇਹੀ ਗੱਡੀਆਂ ਨੇ ਦੁਬਾਰਾ ਚੱਕ ਲਾਇਆ, ਫਿਰ ਇਹਨਾਂ ਨੂੰ ਦੁਬਾਰਾ ਉਹੀ ਪਰਚੀਆਂ ਦਿੱਤੀਆਂ ਗਈਆਂ। 6 ਪਰਚੀਆਂ ਜਿਹੜੀਆਂ ਸਾਡੇ ਕੋਲ ਆਈਆਂ ਨੇ ਔਨ ਰਿਕਾਰਡ, ਔਨ ਪਰੂਫ, ਜਿਸ ਦੀ ਇਨਫੋਰਮੇਸ਼ਨ ਅਸੀਂ ਮੰਤਰੀ ਸਾਹਿਬ ਨੂੰ ਵੀ ਦਿੱਤੀ ਸੀ, ਸਾਡੇ ਹਲਕੇ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਕੋਲ ਉਦੋਂ ਮਹਿਕਮਾ ਸੀ। ਸੋ ਇਹਨਾਂ ਨੇ ਉਹਨਾਂ 'ਤੇ ਕਾਰਵਾਈ ਕਰਨ ਦੀ ਬਜਾਏ ਸਾਡੇ 'ਤੇ ਪਰਚਾ ਜਿਹੜਾ ਦਰਜ ਕੀਤਾ ਸੀ। ਅਤੇ ਨੰਦਾ ਜੀ ਤੁਹਾਡੇ 'ਤੇ ਪਰਚਾ ਹੋ ਗਿਆ, ਸਕਿਉਰਟੀ ਤੁਹਾਨੂੰ ਮਿਲੀ ਵੀ ਸੀ ਉਹ ਵਾਪਸ ਲੈ ਲਈ, ਕਿਤੇ ਆਹ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਿਤੇ ਹੋਰ ਨਾ ਕੁਛ ਹੋ ਜਾਵੇ? ਦੇਖੋ, ਸਕਿਉਰਟੀ ਦਾ ਆਉਣਾ ਜਾਣਾ ਇੱਕ ਸੁਭਾਵਿਕ ਹੈ। ਮੈਂ ਇਹ ਗੱਲ ਕਹੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਆਮ ਆਦਮੀ ਪਾਰਟੀ ਜਦੋਂ ਦੀ ਹੋਂਦ ਦੇ ਵਿੱਚ ਆਈ ਹੈ, ਦੂਜੀਆਂ ਪਾਰਟੀਆਂ ਰੰਗਾਂ ਦੀਆਂ ਹੋਲੀਆਂ ਖੇਡਦੀ ਸੀ, ਪਰ ਆਮ ਆਦਮੀ ਪਾਰਟੀ ਖੂਨ ਦੀ ਹੋਲੀ ਖੇਡਣਾ ਪਸੰਦ ਕਰਦੀ ਹੈ। ਕਿਉਂਕਿ ਜਦੋਂ ਵੀ ਹੋਂਦ ਦੇ ਵਿੱਚ ਆਏ ਹੈ, ਇਹਨਾਂ ਨੇ ਆਉਂਦੇ ਸਾਰ ਹੀ ਮਾਂ ਦਾ ਇੱਕ ਲਾਡਲਾ ਪੁੱਤ, ਜਿਹਨੇ ਪੰਜਾਬ ਦਾ, ਆਪਣੇ ਹਲਕੇ ਦਾ ਨਾਂ ਦੁਨੀਆ ਦੇ ਕੋਨੇ ਕੋਨੇ ਵਿੱਚ ਮਸ਼ਹੂਰ ਕੀਤਾ ਸੀ, ਸਿੱਧੂ ਮੂਸੇਵਾਲਾ, ਉਹ ਇਹਨਾਂ ਦੀ ਭੇਟ ਚੜ੍ਹ ਗਿਆ, ਇਹਨਾਂ ਦੀ ਸਿਆਸਤ ਦੇ ਭੇਟ ਚੜ੍ਹ ਗਿਆ। ਇਹਨਾਂ ਨੇ ਉਹਨਾਂ ਦੀ ਸਿਕਿਉਰਟੀ ਜਿਹੜੀ ਹੈ ਵਿਡਰਾ ਕਰਕੇ ਜਨਤਕ ਕੀਤੀ, ਅਤੇ ਜਿਹਦਾ ਖਮਿਆਜ਼ਾ ਉਹ ਪਰਿਵਾਰ ਨੂੰ ਭੁਗਤਣਾ ਪਿਆ। ਸੋ ਅੱਜ ਸਿੱਧੂ ਮੂਸੇਵਾਲਾ ਵਿਚਾਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਇੱਕ ਤੁਸੀਂ ਗੱਡੀ ਦੀ ਗੱਲ ਕਰਦੇ ਸੀ, ਉਹ ਕਿਹਦੀ ਗੱਡੀ ਹੈ ਅਤੇ ਉਹਦੇ ਗੱਡੀ ਦੇ ਵਿੱਚ ਕੌਣ ਘੁੰਮਦਾ ਔਰ ਕਿਹੜੀ ਗੱਡੀ ਆ? ਦੇਖੋ, ਇੱਕ ਗੱਡੀ ਆ ਜਿਹੜੀ ਹੈ PB 05 AK 5497 ਨੰਬਰ ਗੱਡੀ, ਪਿੱਛੇ ਪੰਜਾਬ ਸਰਕਾਰ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਇਹ ਗੱਡੀ ਇੱਕ ਮਾਤਾ ਅਤੇ ਇੱਕ ਬਜ਼ੁਰਗ ਅਤੇ ਨਾਲ 4-5 ਸਰਕਾਰੀ ਗਨਮੈਨ ਲੈ ਕੇ ਹਲਕੇ ਦੇ ਅੰਦਰ ਪੂਰੀ ਦਹਿਸ਼ਤਗਰਦੀ ਕਰਦੇ ਫਿਰਦੀ ਆ। ਤੁਸੀਂ ਗੱਲ ਨੂੰ ਗੋਲ ਕਰ ਰਹੇ, ਪਤਾ ਤੁਹਾਨੂੰ ਵੀ ਹੈ ਵੀ ਗੱਡੀ ਦੇ ਵਿੱਚ ਘੁੰਮ ਘੋੜ ਰਿਹਾ ਤੁਸੀਂ? ਸਵਾਦ ਨਾਲ ਲੋਕ ਦੇਖ ਰਹੇ ਆ, ਲੋਕਾਂ ਨੂੰ ਸੱਚ ਦੱਸ ਦੋ ਨਾ ਵੀ ਕਿਹਦੀ ਗੱਡੀ ਆ ਅਤੇ ਕੌਣ ਲੈ ਕੇ ਘੁੰਮ ਰਿਹਾ ਹੈ, ਔਰ ਲੋਕਾਂ ਦੇ ਨਾਲ ਪੁਲਿਸ ਦੀ ਪੁਲਿਸ ਸਿਕਿਉਰਟੀ ਲੈ ਕੇ ਔਰ ਸਰਕਾਰੀ ਗੱਡੀ ਲੈ ਕੇ ਪੰਜਾਬ ਸਰਕਾਰ ਲਿਖਿਆ। ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਕਿਹੜਾ ਸੰਵਿਧਾਨਿਕ ਅਹੁਦਾ ਬੀਬੀ ਕੋਲੇ? ਨਾਂ ਵੀ ਲੈ ਦਿਓ, ਹੁਣ ਕੌਣ ਹੈਗਾ? ਚਲੋ ਹੁਣ ਤੁਸੀਂ, ਤੁਹਾਨੂੰ ਪਤਾ ਹੀ ਆ ਤੁਸੀਂ ਪਰਚਾ ਕਰਵਾਉਣਾ ਮੇਰੇ 'ਤੇ, ਉਹ ਕੋਈ ਗੱਲ ਨਹੀਂ, ਇੱਦਾਂ ਦੇ ਪਰਚੇ ਜਿੰਨੇ ਮਰਜ਼ੀ ਕਰ ਲੈਣ, ਅਤੇ ਮੈਂ ਜਿਹੜੀ ਸੱਚ ਦੀ ਗੱਲ ਹੈ, ਸੱਚ ਦੀ ਆਵਾਜ਼ ਹੈ, ਉਹ ਮੈਂ ਬੁਲੰਦ ਕਰਦਾ ਰਿਹਾ ਅਤੇ ਕਰਦਾ ਰਹੂੰਗਾ। ਚੌਂਕੀਦਾਰ ਬਣ ਕੇ ਮੈਂ ਪਹਿਰਾ ਦਿੰਦਾ, ਹੁੱਕਾ ਦਿੰਦਾ ਰਹਾਂਗਾ। ਸੋ ਇਹ ਗੱਡੀ ਜਿਹੜੀ ਹਲਕੇ ਦੇ ਅੰਦਰ ਘੁੰਮ ਰਹੀ ਹੈ, ਔਰ ਗੱਡੀ ਦੇ ਵਿੱਚ ਜਿੰਨੇ ਬੰਦੇ ਬੈਠੇ ਤੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬੀਬੀਆਂ ਦੇ ਨਾਲ ਬਦਸਲੂਕੀ ਕਰਦੇ, ਪੁਲਿਸ ਦੇ ਗਨਮੈਨਾਂ ਨੂੰ ਨਾਲ ਲੈ ਕੇ, ਸੋ ਉਹ ਵੀ ਵੀਡੀਓ ਮੈਨੂੰ ਲੱਗਦਾ ਤੁਹਾਡੇ ਚੈਨਲ ਜ਼ਰੀਏ ਵਾਇਰਲ ਹੋਈ ਸੀ।
परिवारक मैंबर माता पिता जी जिहड़ी गड्डी लैके घूमदे ने माता पिता जी दे कोल गड्डी आ सो असीं इह मंत्री साहब दे माता पिता नूं सिक्योरिटी मिल नहीं सकदी गड्डी ये फैमिली पैकेज है जी ये टाटा डोकोमो वालों या एयरटेल वालों कोई फैमिली पैकेज दिता जा रहा सिक्योरिटी संवैधानिक अहुदे ते बैठा जिहड़ा इंसान है उहदी जां समाज सेवी संस्थावां जिहड़ियां जिहड़े लोक हित दीआं गल्लां करदे ने लोक प्रेमी लोकप्रिय लोग ने जां थ्रेट परसन जिहड़े लोग ने उहनां नूं सिक्योरिटी प्रोवाइड कराई जांदी है ना कि वी आई पी फीलिंगां लैण वास्ते तो इस करके जिहड़ियां सिक्योरिटीआं दित्तीआं जा रहीआं इह कार्यकारी इंजीनियर राजस्थान फीडर की गड्डी है असी आर टी आई राही जवाब मंगया तो उन्होंने जवाब देने तो मुकर के कहते साढ़े दफ्तर की गड्डी है नहीं असी ट्रांसपोर्ट मंत्री लालजीत भुल्लर जी नाल संपर्क करना चाहिया सो मंत्री साहब ने फोन नहीं अटेंड किया भी ये गड्डी भाई पंजाब सरकार की नहीं है तो फिर ये गड्डी के पिछे पंजाब सरकार लिख के क्यों फिरे तुरे फिरते हैं असी उन्हां तों पुछया कि ये गड्डी डेढ़ साल तो आनंदपुर साहब हल्के दे विच घूम रही है इहदा तेल का खर्चा इहदा ड्राइवर का खर्चा ये गड्डी की मेंटेनेंस का खर्चा ये कौन पे कर रहा जिहड़े मंत्री दे रिश्तेदार लैके घूम रहे परिवारक मैंबर लै उह पे कर दिया कि जां पंजाब सरकार पे कर रही है सो ये साडियां गल्लां सीगियां ते मुद्दे सी ते एक आ पेपर है तुसीं फिर कहोगे तो ये पेपर जिहड़ा वायरल हो रहा ये कोर्ट का पेपर है 27/2/2015 का जिदे विच सब डिवीजन मजिस्ट्रेट ने फैसला किया डेराबसी तो 27/2/2015 च एक व्यक्ति नूं 3 साल की सज़ा जिहड़ी है वख-वख धाराएं अधीन हुई है 2 साल की एक ते 1 साल की एक जिदे विच 3,000 रुपया फाइन एक तरह उहदे च होया ते दूजे सैक्शन च 1,000 रुपया फाइन होया ये किस चीज़ दे कादे आरोप है ये पूरा पेपर तुसीं पढ़ो जल ही आर सी बनाउण दा पेपर सी अज वह बंदा वह शख्स सिक्योरिटी लैके हल्के घूम रहा मैं पूछना चाहता यह संविधानिक है यह सरकार लिए वाजब है प्रशासन तो असी अपील की मंग की आर टी आई मैं पाई है कि ये जिहड़े बंदे शख्स सिक्योरिटी लई फिरदे आ तां वह सरकार उत्थों जवाब आया कि सिक्योरिटी मैटर नूं मुख रखदे हो असी उन्हां दी इनफॉर्मेशन नहीं दित्ती हो सकता नंदा जी उन्हां नूं कोई खतरा होण जिस करके प्रशासन ने सिक्योरिटी नहीं सिक्योरिटी दित्ती है तो प्रशासन जनतक करे ਵੀ ਉਹਨਾਂ ਨੂੰ ਖਤਰਾ ਹੈ ਕੋਈ ਖਤਰਾ ਨਹੀਂ ਹੈ ਇਹ ਮੰਤਰੀ ਸਾਹਿਬ ਨੂੰ ਫੈਮਿਲੀ ਪੈਕੇਜ ਮਿਲਿਆ ਹੋਇਆ ਹੈ ਮੰਤਰੀ ਸਾਹਿਬ ਦੇ ਨਾਲ ਨਾਲ ਜਿਹੜੇ ਆ ਪਰਿਵਾਰਕ ਮੈਂਬਰਾਂ ਨੂੰ ਵੀ ਗਨਵੇਂ ਦਿੱਤੇ ਹੋਏ ਨੇ ਬਿਲਕੁਲ ਜੀ ਇਹ ਸਨ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੰਚਾਰਜ ਨਿਤਨ ਨੰਦਾ ਜੀ ਜਿਨ੍ਹਾਂ ਵੱਲੋਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਅਤੇ ਤੰਜ ਕੱਸੇ ਗਏ ਨੇ ਹੜ੍ਹਾਂ ਨੂੰ ਲੈ ਕੇ ਉੱਥੇ ਹੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 'ਤੇ ਵੀ ਕਈ ਗੰਭੀਰ ਜਿਹੜੇ ਇਲਜ਼ਾਮ ਲਗਾਏ ਗਏ ਨੇ ਕੈਮਰਾਮੈਨ ਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਨੰਗਲ